ਮਲਿਕ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬਹਿੰਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਹੈ ਇਹਨੂੰ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਜੇ ਮੈਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮਾਂ ਵਾਲੀ ਵੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜੀ ਲੱਗ ਰਹੀ ਹੈ ਕਾਜੂ ਬਦਾਮਾਂ ਵਾਲੀ ਵੀ ਪੀਂਦੇ ਹਾਂ ਇਹ ਵੀ ਪੀਂਦੇ ਹਾਂ ਇਹਦੀ ਜਿਹੜੀ ਦੁਆ ਹੈ ਨਾ ਦੁਆ ਬਸ ਕੰਮ ਉਹੀ ਕਰਦੀ ਅਸੀਂ ਤਾਂ ਦਰ ਦਰ ਦੇ ਹਰ ਦਰ ਤੇ ਜਾਣਾ ਤੇ ਜਦੋਂ ਇਹੋ ਜਿਹੇ ਬੰਦੇ ਦੇ ਦਰ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾਹ ਜਾਂਦੀ ਕਿੰਨੇ ਚਿਰ ਦੀ ਤੁਹਾਡੀ ਇੱਕ ਸਪੋਰਟ ਕਰ ਰਹੀ ਜੀ ਕਿੰਨੇ ਚਿਰ ਮੇਰਾ ਖਿਆਲ ਮਗਰਲੇ 12 ਤੋਂ 13 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜਿੰਗ ਦਾ ਪੱਕਾ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਉਹਨਾਂ ਵਿਖਾਇਆ ਜਿੰਨਾ ਚਿਰ ਹੈਗਾ ਲੱਗਦਾ ਨਹੀਂ ਕਿਤੇ ਪੇਠੀ ਵੇਖਣੀ ਪਊਗੀ ਕਦੇ ਬਿਲਕੁਲ ਨਹੀਂ ਕੋਈ ਆਪਣਾ ਜਾਣਕਾਰ ਹੈ ਨਹੀਂ ਲੁਧਿਆਣੇ ਕੀ ਕਹਿਣਾ ਚਾਹੋਗੇ ਅੱਜ ਰਾਜਾ ਵੜਿੰਗ ਚਾਹ ਪੀ ਗਿਆ ਤੁਹਾਡੇ ਕੋਲੋਂ ਦੇਖਣਾ ਚਾਹੁੰਦਾ ਕਦੋਂ ਕਦੇ ਸਪੋਰਟ ਕਰਦੇ ਆ ਰਹੇ ਹੋ ਬਣੇ ਕਿੰਨੀ ਕੁ ਖੁਸ਼ੀ ਕਿੰਨੀ ਕੁ ਲਈ ਗਰੀਬ ਦੇ ਘਰੇ ਆਇਆ ਕਿੰਨੀ ਕੁ ਖੁਸ਼ੀ ਬਹੁਤ ਖੁਸ਼ੀ ਹੈ ਹਰ ਦੇ ਘਰ ਜਾਂਦਾ ਇਹ ਥੋੜ੍ਹੀ ਹੈ ਹਰੇਕ ਦੇ ਘਰ ਜਾਂਦਾ ਬਹੁਤ ਖੁਸ਼ੀ ਹੈ ਆਪਾਂ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬਹਿੰਦਾ ਨੀ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਇਹਨੂੰ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਜੇ ਮੈਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮਾਂ ਵਾਲੀ ਵੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਹੈ ਕਾਜੂ ਬਦਾਮਾਂ ਵਾਲੀ ਵੀ ਪੀਂਦੇ ਹਾਂ ਇਹ ਵੀ ਪੀਂਦੇ ਹਾਂ ਇਹਦੀ ਜਿਹੜੀ ਦੁਆ ਹੈ ਨਾ ਦੁਆ ਬਸ ਕੰਮ ਉਹੀ ਕਰਦੀ ਅਸੀਂ ਤਾਂ ਦਰ ਦਰ ਦੇ ਹਰ ਦਰ ਤੇ ਜਾਣਾ ਤੇ ਜਦੋਂ ਇਹੋ ਜਿਹੇ ਬੰਦੇ ਦੇ ਦਰ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾਹ ਜਾਂਦੀ ਹੈ ਕਿੰਨੇ ਚਿਰ ਦੀ ਤੁਹਾਡੀ ਇੱਕ ਸਪੋਰਟ ਕਰ ਰਹੀ ਜੀ ਕਿੰਨੇ ਚਿਰ ਦੋ ਮੇਰਾ ਖਿਆਲ ਮਗਰਲੇ 12 ਤੋਂ 13 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜਿੰਗ ਦਾ ਪੱਕਾ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਉਹਨਾਂ ਵਿਖਾਇਆ ਜਿੰਨਾ ਚਿਰ ਹੈਗਾ ਲੱਗਦਾ ਨਹੀਂ ਕਿਤੇ ਪੇਠੀ ਵੇਖਣੀ ਪਊਗੀ ਕਦੇ ਬਿਲਕੁਲ ਨਹੀਂ ਕੋਈ ਆਪਣਾ ਜਾਣਕਾਰ ਹੈ ਨਹੀਂ ਲੁਧਿਆਣੇ ਕੀ ਨਾਂ ਕੀ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਰਾਜਾ ਵੜਿੰਗ ਚਾਹ ਪੀ ਗਿਆ ਤੁਹਾਡੇ ਕੋਲੋਂ ਸ਼ਕੀਰ ਤੇ ਦੇਖਣਾ ਚਾਹੁੰਦਾ ਕਦੋਂ ਕਦੇ ਸਪੋਰਟ ਕਰਦੇ ਆ ਰਹੇ ਹੋ ਬਣੇ ਕਿੰਨੀ ਕੁ ਖੁਸ਼ੀ ਕਿੰਨੀ ਕੁ ਲਈ ਗਰੀਬ ਦੇ ਘਰੇ ਆਇਆ ਕਿੰਨੀ ਕੁ ਖੁਸ਼ੀ ਬਹੁਤ ਖੁਸ਼ੀ ਹੈ ਹਰ ਦੇ ਘਰ ਜਾਂਦਾ ਇਹ ਥੋੜ੍ਹੀ ਹੈ ਹਰੇਕ ਦੇ ਘਰ ਜਾਂਦਾ ਬਹੁਤ ਖੁਸ਼ੀ ਹੈ ਆਪਾਂ ਪ੍ਰਧਾਨ ਮੰਤਰੀ ਬਣ ਗਿਆ